ਗੱਲ ਭਾਵੇਂ ਮੁਲਕ ਦੀ ਆਜ਼ਾਦੀ ਦੀ ਹੋਵੇ ਜਾਂ ਆਜ਼ਾਦੀ ਤੋਂ ਬਾਅਦ ਹੋਈਆਂ ਜੰਗਾਂ ਦੀ ਹੋਵੇ ਜਾਂ ਕਿਸੇ ਵੇਲੇ ਵੀ ਭਾਰਤ ਦੇ ਉੱਤੇ ਆਈ ਕਿਸੇ ਵੀ ਵਿਪਤਾ ਦੀ ਗੱਲ ਹੋਵੇ ਉਸ ਵਕਤ ਪੰਜਾਬੀਆਂ ਦੇ ਖਾਸ ਤੌਰ ਤੇ ਸਿੱਖਾਂ ਦੇ ਯੋਗਦਾਨ ਨੂੰ ਭੁਲਾਇਆ ਨਹੀਂ ਜਾ ਸਕਦਾ ਨਾ ਹੀ ਇਹ ਸਭ ਕੁਝ ਯਾਦ ਕਰਾਂਦੀ ਜ਼ਰੂਰਤ ਹੈ ਪਰ ਅੱਜ ਕੁਝ ਸਵਾਲ ਚੁੱਕੇ ਜਾ ਰਹੇ ਨੇ ਦੇਸ਼ ਪ੍ਰਸਤੀ ਦੇ ਕੁਝ ਸਵਾਲ ਚੁੱਕੇ ਜਾ ਰਹੇ ਨੇ ਦੇਸ਼ ਪ੍ਰੇਮ ਦੇ ਤਾਂ ਅਜੇ ਹਿੱਦ ਵਿੱਚ ਇਤਿਹਾਸ ਦੇ ਵਿੱਚ ਦੱਬੀਆਂ ਹੋਈਆਂ ਕੁਝ ਗੱਲਾਂ ਕੁਝ ਆંકੜੇ ਰਹਿ ਰਹਿ ਕੇ ਬਾਹਰ ਆ ਰਹੇ ਨੇ ਜਿਨ੍ਹਾਂ ਬਾਰੇ ਦੱਸਣਾ ਵੀ ਮੈਨੂੰ ਲੱਗਦਾ ਕਿ ਇਹ ਲਾਜ਼ਮੀ ਹੋ ਜਾਂਦਾ ਹੈ ਉਨਾ ਲੋਕਾਂ ਨੂੰ ਖਾਸ ਤੌਰ ਤੇ ਜੋ ਸ਼ਾਇਦ ਇਹ ਇਤਿਹਾਸ ਨਹੀਂ ਜਾਣਦੇ ਜਾਂ ਜਾਣਦੇ ਵੀ ਨੇ ਤਾਂ ਵੀ ਸਭ ਕੁਝ ਭੁਲਾਈ ਬੈਠੇ ਨੇ 1962 ਦੇ ਵਿੱਚ ਭਾਰਤ-ਚੀਨ ਦੀ ਜੜੀ ਜੰਗ ਹੋਈ ਸੀ ਉਸ ਦੇ ਲਈ ਐਮ ਰਾਜੀਵ ਲੋਚਨ ਇਤਿਹਾਸਕਾਰ ਨੇ ਇੱਕ ਆਰਟੀਕਲ ਇੱਕ ਅਖਬਾਰ ਦੇ ਵਿੱਚ ਲਿਖਿਆ ਉਸ ਆਰਟੀਕਲ ਤੇ ਹਵਾਲੇ ਤੋਂ ਕੁਝ ਖਬਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਦਰਸਲ ਉਸ ਵਕਤ ਭਾਰਤ ਦੇ ਵਿੱਚ ਪੈਸੇ ਦੀ ਕਮੀ ਆ ਗਈ ਤੇ ਉਸ ਵੇਲੇ ਦੀ ਸਰਕਾਰ ਨੇ ਨੈਸ਼ਨਲ ਡਿਫੈਂਸ ਫੰਡ ਬਣਾਇਆ ਤੇ ਭਾਰਤ ਵਾਸੀ ਨੂੰ ਅਪੀਲ ਕੀਤੀ ਕਿ ਖੁੱਲ੍ਹਦਲੀ ਦੇ ਨਾਲ ਇਸ ਫੰਡ ਦੇ ਵਿੱਚ ਪੈਸਾ ਪਾਇਆ ਜਾਵੇ ਸੋਨਾ ਪਾਇਆ ਜਾਵੇ ਤਾਂ ਜੋ ਅਸੀਂ ਮੁਕਾਬਲਾ ਕਰ ਸਕੀਏ ਚੀਨ ਦੇ ਨਾਲ ਅਜੇ ਦੇ ਵਿੱਚ ਹਰੇਕ ਨੇ ਯੋਗਦਾਨ ਪਾਣਾ ਸ਼ੁਰੂ ਕਰ ਦਿੱਤਾ ਜੋ ਅੰਕੜੇ ਨੇ ਉਹ ਹੈਰਾਨ ਕਰਨ ਵਾਲੇ ਨੇ ਉਹ ਅੰਕੜੇ ਤੁਹਾਡੇ ਨਾਲ ਇਸੇ ਕਰਕੇ ਸ਼ੇਅਰ ਕਰ ਰਹੀ ਹਾਂ ਕਿ ਘੱਟੋ ਘੱਟ ਨਾਲ ਲੋਕਾਂ ਨੂੰ ਜਵਾਬ ਮਿਲੇ ਜਿਹੜੇ ਅੱਜ ਸਵਾਲ ਚੁੱਕਦੇ ਨੇ ਰਾਸ਼ਟਰਵਾਦੀ ਭਾਵਨਾ ਯਾਦ ਕਰਾਂਦੇ ਨੇ ਉਹ ਅੰਕੜੇ ਬੜੇ ਕਮਾਲ ਦੇ ਨੇ 28 ਨਵੰਬਰ 1962 ਨੂੰ ਨੈਸ਼ਨਲ ਡਿਫੈਂਸ ਫੰਡ ਦੇ ਦੱਸਦਾ ਹੈ ਕਿ ਪੂਰੇ ਭਾਰਤ ਦੇ ਵਿੱਚੋਂ 8 ਕਰੋੜ ਰੁਪਈਆ ਇਕੱਠਾ ਹੋਇਆ ਤੇ ਹੈਰਾਨਗੀ ਤੁਹਾਡੀ ਹੱਦ ਨਹੀਂ ਰਹੇਗੀ ਜਦੋਂ ਤੁਹਾਨੂੰ ਇਹ ਪਤਾ ਲੱਗੇਗਾ ਕਿ ਨਾ 8 ਕਰੋੜਾਂ ਦੇ ਵਿੱਚੋਂ 40 ਫੀਸਦ ਪੈਸਾ ਜਿਹੜਾ ਉਹ ਸਿਰਫ ਤੇ ਸਿਰਫ ਪੰਜਾਬ ਦੇ ਪਾਸੋਂ ਆਇਆ ਉਦੋਂ ਪੰਜਾਬ ਤੇ ਹਰਿਆਣਾ ਇਕੱਠਾ ਹੀ ਸੀ ਅਣਵੰਡਿਆ ਪੰਜਾਬ ਸੀਗਾ ਯਾਨੀ ਕਿ 40 ਫੀਸਦ ਜਿਹੜਾ ਪੈਸਾ ਹੈ ਉਹ ਪੰਜਾਬ ਵਾਸੀਆਂ ਨੇ ਦਿੱਤਾ ਜੋ ਕਿ ਲਗਭਗ ਰਕਮ ਬਣਦੀ ਹੈ 3.70 ਕਰੋੜ ਰੁਪਏ ਇੱਥੇ ਤੁਸੀਂ ਅੰਦਾਜ਼ਾ ਲਾਓ ਕਿ ਦੇਸ਼ ਪ੍ਰੇਮ ਦੀ ਭਾਵਨਾ ਜਾਂ ਰਾਸ਼ਟਰਵਾਦ ਦੀ ਭਾਵਨਾ ਕਿਸ ਦੇ ਵਿੱਚ ਹੈ ਤੇ ਕਿਸ ਦੇ ਵਿੱਚ ਨਹੀਂ ਹੈ ਸੋ ਪੈਸੇ ਦੇ ਨਾਲ-ਨਾਲ ਸੋਨੇ ਦੀ ਵੀ ਕਾਲ ਦਿੱਤੀ ਗਈ ਸੀ ਕਿ ਵੱਧ ਤੋਂ ਵੱਧ ਸੋਨਾ ਇਕੱਠਾ ਕਰਕੇ ਭਾਰਤ ਸਰਕਾਰ ਨੂੰ ਦਿੱਤਾ ਜਾਵੇ ਔਰ ਇੱਥੇ ਵੀ ਅੰਕੜੇ ਹੈਰਾਨ ਕਰਵਾ ਲੈਣੇ ਪੂਰੇ ਭਾਰਤ ਦੇ ਵਿੱਚੋਂ ਪੰਜਾਬ ਨੂੰ ਜੇ ਕੱਢ ਦਿੱਤਾ ਜਾਵੇ ਪੂਰੇ ਭਾਰਤ ਦੇ ਵਿੱਚੋਂ ਇਕੱਠਾ ਹੋਇਆ ਸੋਨਾ 5 ਕਿਲੋ 327 ਗ੍ਰਾਮ ਤੇ ਸਿਰਫ ਪੰਜਾਬ ਦੇ ਵਿੱਚੋਂ ਜਿਹੜਾ ਸੋਨਾ ਇਕੱਠਾ ਕਰਕੇ ਦਿੱਤਾ ਗਿਆ ਉਹ 252 ਕਿਲੋ ਸੋਨਾ ਸੀਗਾ ਇੱਥੋਂ ਤੁਸੀਂ ਅੰਦਾਜ਼ਾ ਲਾਓ ਕਿ ਦੇਸ਼ ਪ੍ਰੇਮ ਦੀ ਭਾਵਨਾ ਕਿਸ ਦੇ ਵਿੱਚ ਹੈ ਕਿਸ ਦੇ ਵਿੱਚ ਨਹੀਂ ਹੈ ਉਹ ਸੋਨੇ ਦੇ ਵਿੱਚ ਲੋਕਾਂ ਨੇ ਆਪਣੇ ਘਰਵਾਲੀਆਂ ਦੇ ਗਹਿਣੇ ਦੇ ਦਿੱਤੇ ਕੰਨਾਂ ਦੀਆਂ ਵਾਲੀਆਂ ਦੇ ਦਿੱਤੀਆਂ ਗਲੇ ਦੇ ਹਾਰ ਦੇ ਦਿੱਤੇ ਚੂੜੀਆਂ ਉਤਾਰ ਕੇ ਦੇ ਦਿੱਤੀਆਂ ਇੱਥੋਂ ਤੱਕ ਕਿ ਪੁਰਖਾਂ ਦੇ ਕਮਾਏ ਹੋਏ ਮੈਡਲ ਵੀ ਦੇ ਦਿੱਤੇ ਗਏ ਅੰਕੜੇ ਦੱਸਦੇ ਨੇ ਕਿ ਜਿਹੜੇ ਮੈਡਲ ਇਕੱਠੇ ਹੋਏ ਸੀ ਉਹਨਾਂ ਦੇ ਵਿੱਚੋਂ 12000 ਮੈਡਲ ਉਹ ਸਨ ਜਿਹੜੇ ਮਹਾਰਾਜਾ ਰਣਜੀਤ ਸਿੰਘ ਦੇ ਕਾਲ ਦੇ ਸਨ ਜਿਨ੍ਹਾਂ ਦੇ ਪੁਰਖਿਆਂ ਨੇ ਕਮਾ ਕਮਾ ਕੇ ਉਹ ਮੈਡਲ ਰੱਖੇ ਸੀਗੇ ਉਹ ਵੀ ਦੇਸ਼ ਭਾਵਨਾ ਨੂੰ ਸਮਰਪਿਤ ਕਰਦਿਆਂ ਹੋਇਆਂ ਉਹ ਮੈਡਲ ਵੀ ਭਾਰਤ ਸਰਕਾਰ ਦੀ ਝੋਲੀ ਪਾ ਦਿੱਤੇ ਗਏ ਕਿ ਤੁਸੀਂ ਦੁਸ਼ਮਣਾਂ ਦੇ ਦੰਦ ਖੱਟੇ ਕਰੋ ਇਹ ਸੀ ਦੇਸ਼ ਭਾਵਨਾ ਇਹ ਸੀ ਦੇਸ਼ ਪ੍ਰੇਮ ਪੰਜਾਬੀਆਂ ਦਾ ਇੱਥੇ ਹੀ ਬਸ ਨਹੀਂ ਪੰਜਾਬ ਦੇ ਸਿੱਖਿਆ ਵਿਭਾਗ ਨੇ ਹਰ ਕਾਲਜ ਯੂਨੀਵਰਸਿਟੀ ਤੇ ਹਾਈ ਸਕੈਂਡਰੀ ਸਕੂਲਾਂ ਦੇ ਵਿੱਚ ਵਿਦਿਆਰਥੀਆਂ ਦੇ ਲਈ ਫੌਜੀ ਸਿਖਲਾਈ ਸ਼ੁਰੂ ਕਰ ਦਿੱਤੀ। ਇਹ ਵੀ ਨਿਪੁੰਨ ਕੀਤਾ ਗਿਆ ਕਿ ਜੇ ਸਮਾਂ ਪਿਆ ਤਾਂ ਇਹਨਾਂ ਨੂੰ ਵੀ ਜੰਗ ਦੇ ਵਿੱਚ ਭੇਜਿਆ ਜਾਏਗਾ। ਇੱਥੇ ਹੀ ਬਸ ਨਹੀਂ 2 ਲੱਖ ਔਰਤਾਂ ਦੀ ਵੀ ਤਿਆਰੀ ਕਰਵਾਈ ਗਈ ਤਾਂ ਜੋ ਜੰਗ ਦੌਰਾਨ ਜੇਕਰ ਲੋੜ ਪਈ ਤਾਂ ਔਰਤਾਂ ਨੂੰ ਵੀ ਭੇਜਿਆ ਜਾਏਗਾ। ਇਹ ਸਾਰਾ ਕੁਝ ਦੱਸਣ ਦਾ ਮੰਤਵ ਇਹ ਨਹੀਂ ਹੈ ਕਿ ਕਿਸੇ ਦੇ ਸਿਰ ਕੋਈ ਐਹਸਾਨ ਸੀਗਾ ਇਹ ਪੰਜਾਬੀਆਂ ਨੇ ਆਪਣਾ ਫਰਜ਼ ਸਮਝਿਆ ਤੇ ਉਸ ਫਰਜ਼ ਨੂੰ ਅਦਾ ਕੀਤਾ ਪਰ ਇਹ ਉਹਨਾਂ ਲੋਕਾਂ ਨੂੰ ਦੱਸਣਾ ਬੜਾ ਜ਼ਰੂਰੀ ਸੀ ਜੋ ਦੇਸ਼ ਪ੍ਰੇਮ ਤੇ ਦੇਸ਼ ਧਰੋਦੇ ਸਰਟੀਫਿਕੇਟ ਹੱਥਾਂ 'ਚ ਲੈ ਕੇ ਫਿਰਦੇ ਨੇ ਤੇ ਵਣਦੇ ਫਿਰਦੇ ਨੇ ਕਿ ਅੱਗੇ ਤੋਂ ਪੰਜਾਬੀਆਂ ਲਈ ਖਾਸ ਤੌਰ ਤੇ ਸਿੱਖਾਂ ਲਈ ਕੋਈ ਵੀ ਅਜੀਹਾ ਸਰਟੀਫਿਕੇਟ ਦੇਣਾ ਹੋਵੇ ਤੇ ਨਾ ਅੰਕੜਿਆਂ ਤੇ ਜ਼ਰੂਰ ਨਜ਼ਰ ਮਾਰ ਲਿਓ ਕਿ ਪੰਜਾਬ ਦਾ ਇਤਿਹਾਸ ਕੀ ਹੈ ਪੰਜਾਬ ਦੇ ਵਿੱਚ ਜਿੰਨੀਆਂ ਲਹਿਰਾਂ ਆਜ਼ਾਦੀ ਵੇਲੇ ਖੜੀਆਂ ਹੋਈਆਂ ਨੇ ਜਾਂ ਆਜ਼ਾਦੀ ਤੋਂ ਬਾਅਦ ਜਿੰਨੀਆਂ ਲਹਿਰਾਂ ਖੜੀਆਂ ਹੋਈਆਂ ਨੇ ਉਹਨਾਂ ਨੇ ਭਾਰਤ ਦਾ ਮਾਣ ਹਮੇਸ਼ਾ ਵਧਾਇਆ ਇਹ ਆંકੜੇ ਇਸੇ ਕਰਕੇ ਤੁਹਾਡੇ ਨਾਲ ਸ਼ੇਅਰ ਕੀਤੇ ਨੇ ਕਿਉਂਕਿ ਇਹ ਬੜੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਕਿ 1962 ਦੀ ਜੰਗ ਦੌਰਾਨ ਪੰਜਾਬ ਦਾ ਕੀ ਯੋਗਦਾਨ ਰਿਹਾ ਭਾਰਤ ਦੇ ਵਿੱਚ ਔਰ ਇਹ ਵੀ ਯਾਦ ਕਰਾ ਦਈਏ ਉਸ ਵੇਲੇ ਪੰਜਾਬ ਤੇ ਹਰਿਆਣਾ ਇੱਕੋ ਸੀ ਅਣਵੰਡਿਆ ਪੰਜਾਬ ਸੀਗਾ ਇਹਨਾਂ ਦੋਵਾਂ ਭਰਾਵਾਂ ਨੇ ਮਿਲ ਕੇ ਭਾਰਤ ਦਾ ਨਾਮ ਰੌਸ਼ਨ ਕੀਤਾ